ਸਤਿ ਸ਼੍ਰੀ ਅਕਾਲ ਦੈਨਿਕ ਸਵਰਜ ਤੁਹਾਡਾ ਸਵਾਗਤ ਹੈ ਤੇ ਮੈਂ ਹਰਮਨ। ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਵੀ ਡੂੰਘਾ ਹੋ ਗਿਆ। ਲਗਾਤਾਰ ਕੱਟ ਲਗਾਏ ਜਾ ਰਹੇ ਨੇ ਜਿਸ ਕਾਰਨ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਨੇ ਜਲੰਧਰ ਦਿੱਲੀ ਕੌਮੀ ਮਾਰਗ ਨੂੰ ਕਰੀਬ 2 ਘੰਟੇ ਤੱਕ ਜਾਮ ਰੱਖਿਆ। ਜਲੰਧਰ ਜ਼ੋਨ ਦੇ ਮੁੱਖ ਇੰਜੀਨੀਅਰ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ 2 ਦਿਨ ਬਾਅਦ ਬਿਜਲੀ ਸਪਲਾਈ ਨਿਰਵਿਘਨ ਹੋ ਜਾਵੇਗੀ, ਜਿਸ ਤੋਂ ਬਾਅਦ ਕਿਸਾਨਾਂ ਨੇ ਹੜਤਾਲ ਖਤਮ ਕਰ ਦਿੱਤੀ। ਇਸ ਦੇ ਨਾਲ ਹੀ ਜਾਮ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਵੀ ਮਿਲੀ ਹੈ। ਰੋਸ ਦਿਖਾ ਰਹੇ ਹੈ ਕਿ ਉਹਨਾਂ ਦੇ ਖੇਤੀਬਾੜੀ ਇਸ ਵੇਲੇ ਜਿਹਨੂੰ ਪੋਟੈਟੋ ਅਤੇ ਵੈਜੀਟੇਬਲ ਆ ਉਹ ਨਵੀਂ ਲਗਾਈ ਹੈ, ਪੈਡੀ ਜਿਹੜੀ ਆ ਉਹ ਪੂਰੇ ਐਂਡ ਦੇ ਉੱਪਰ ਹੈਗੀ ਆ, ਉਹਨਾਂ ਨੂੰ ਸਪਲਾਈ ਚਾਹੀਦੀ ਹੈ। ਉਹਦੇ ਵਾਸਤੇ ਉਹ ਪ੍ਰੈਸਪੋਨ ਕਰ ਰਹੇ ਕਿ ਸਾਨੂੰ ਸਪਲਾਈ ਟੁੱਟਵੀਂ ਮਿਲਦੀ ਪਈ ਹੈ, ਪੂਰੀ ਨਹੀਂ ਮਿਲਦੀ ਪਈ, ਸਪਲਾਈ ਸਾਨੂੰ ਪੂਰੀ ਮਿਲੇ, ਇਹੀ ਉਹਨਾਂ ਦੀ ਡਿਮਾਂਡ ਹੈ। ਸਰ ਅਸਲ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਇਸ ਵੇਲੇ, ਕਿੰਨਾ ਕੁ ਕੋਲਾ ਬਚਿਆ, ਕਿਉਂਕਿ ਕੇਂਦਰੀ ਮੰਤਰੀ ਕਹਿੰਦੇ ਨੇ ਕਿ ਕੋਲੇ ਦੀ ਸਪਲਾਈ ਪੂਰੀ ਹੈ ਸਾਡੇ ਕੋਲ? ਦੇਖੋ ਸਾਰਾ ਕੁਛ ਅਖਬਾਰਾਂ ਦੇ ਵਿੱਚ ਤੁਸੀਂ ਲੋਕ ਪੜ੍ਹੀ, ਤੁਸੀਂ ਛਾਪ ਰਹੇ ਹੋ, ਤੁਸੀਂ ਪੜ੍ਹ ਵੀ ਰਹੇ ਹੋ, ਅਸੀਂ ਵੀ ਪੜ੍ਹ ਰਹੇ ਹਾਂ, ਸਾਰੇ ਜਾਣਕਾਰੀ ਸਾਰਿਆਂ ਨੂੰ ਹੈਗੀ ਹੈ। ਜੋ ਪਿੱਛੇ ਬਾਰਿਸ਼ਾਂ ਬਹੁਤ ਜ਼ਿਆਦਾ ਉੱਧਰ ਕੋਈ ਹੋਈਆਂ ਕੋਲ ਮਾਈਨਸ ਵੱਲ, ਉਹਦੇ ਕਰਕੇ ਥੋੜ੍ਹੀ ਜਿਹੀ ਸਪਲਾਈ ਟੁੱਟੀ ਹੈ। ਉਹਦਾ ਮਤਲਬ ਇਹ ਨਹੀਂ ਕਿ ਕੋਲਾ ਇੰਡੀਆ 'ਚੋਂ ਖਤਮ ਹੋ ਗਿਆ, ਠੀਕ ਹੈ। ਜੋ ਸੈਂਟਰ ਵਾਲੀ ਮਿਨਿਸਟਰੀ ਕਹਿ ਰਹੀ ਹੈ ਉਹ ਵੀ ਇਹੀ ਕਹਿ ਰਹੀ ਹੈ ਕਿ ਕੋਲੇ ਦੀ ਕਮੀ ਨਹੀਂ ਹੈ, ਥੋੜ੍ਹੀ ਜਿਹੀ ਟੈਂਪਰੇਰੀ ਦਿੱਕਤ ਆਈ ਹੈ ਕਿ ਪਾਣੀ ਪੂਣੀ ਆ ਗਿਆ, ਉਨਾ ਜ਼ਿਆਦਾ ਮਾਈਨਿੰਗ ਨਹੀਂ ਹੋ ਪਾ ਰਹੀ ਜਿਹਦੇ ਕਰਕੇ ਸਪਲਾਈ ਚੇਨ ਥੋੜ੍ਹੀ ਟੁੱਟੀ ਹੈ ਥਰਮਲ ਪਲਾਂਟਾਂ ਦੀ, ਜਿਹਦੇ ਕਰਕੇ ਦਿੱਕਤ ਆਈ ਹੈ। ਸਰ ਕੀ ਆਸ਼ਵਾਸਨ ਦਿੱਤਾ ਤੁਸੀਂ ਕਿਸਾਨਾਂ ਨੂੰ? ਇਹ ਬਸ 1-2 ਦਿਨ ਦੇ ਵਿੱਚ ਰਿਜ਼ਿਊਮ ਹੋਣ ਦਾ ਉਮੀਦ ਹੈ ਜੀ। ਕਾਫੀ ਉੱਧਰ ਯਤਨ ਕੀਤੇ ਜਾ ਰਹੇ ਹੈ, ਕੋਲ ਮਾਈਨ ਆਫ ਜਿਹੜਾ ਕੋਲ ਇੰਡੀਆ ਹੈਗਾ ਉਹਦੇ ਵੱਲੋਂ ਪੂਰੀ ਯਤਨ ਹੈ ਕਿ 6-6 ਰਿਜ਼ਿਊਮ ਹੋਵੇ ਸਪਲਾਈ, ਥਰਮਲ ਸਾਡੇ ਠੀਕ ਚੱਲ ਜਾਣਗੇ। ਤਾਂ ਸਾਰੇ ਕਿਸਾਨਾਂ ਨੇ ਕੀ ਕਿਹਾ? ਸਾਡੀ ਮੈਨੇਜਮੈਂਟ ਹੈ ਜਿਹੜੀ ਆ ਸਰਕਾਰ, ਸਾਡੀ ਮੈਨੇਜਮੈਂਟ ਜੀ ਜਿਹੜੀ ਪੰਜਾਬ ਸਰਕਾਰ ਨਾਲ ਸੈਂਟਰ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ, ਲਗਾਤਾਰ ਗੱਲ ਹੋ ਰਹੀ ਹੈ। ਆਪਣੇ ਮਾਨਯੋਗ CM ਸਾਹਿਬ ਜਿਹੜੇ ਉਹ ਵੀ ਲਗਾਤਾਰ ਸੈਂਟਰ ਦੇ ਨਾਲ ਗੱਲ ਕਰ ਰਹੇ ਹੈ ਕਿ ਕੋਲੇ ਦੀ ਸਪਲਾਈ ਬਹਾਲ ਹੋਵੇ। ਉਸ ਤੋਂ ਇਲਾਵਾ ਅਸੀਂ ਵੱਧ ਤੋਂ ਵੱਧ ਜੋ ਸਾਨੂੰ ਹੋਰ ਸਰੋਤਾਂ ਤੋਂ ਮਿਲ ਸਕਦੀ ਹੈ ਬਾਹਰੋਂ, ਜਿਵੇਂ ਖਰੀਦਦੇ ਹਾਂ ਅਸੀਂ, ਜਿੱਦਾਂ ਕੱਲ੍ਹ ਹੀ 1800 ਮੈਗਾਵਾਟ ਸਾਡੇ ਬਿਜਲੀ ਬੋਰਡ ਨੇ ਖਰੀਦੀ ਹੈ ਅਤੇ ਉਹ ਅਸੀਂ 12 ਰੁਪਏ ਦੇ ਰੇਟ ਦੇ ਉੱਪਰ ਖਰੀਦੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਬੇਟੇ ਦੇ ਵਿਆਹ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਅਰਦਾਸ ਕਰਨ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਖਾਸ ਤੌਰ ਤੇ ਪਹੁੰਚ ਕੇ ਉਹਨਾਂ ਦੇ ਵਿਆਹ ਵਿੱਚ ਅਰਦਾਸ ਕੀਤੀ, ਇਸ ਲਈ ਉਹ ਬਹੁਤ ਖੁਸ਼ ਨੇ ਅਤੇ ਉਹਨਾਂ ਦੇ ਬਹੁਤ ਧੰਨਵਾਦੀ ਵੀ ਨੇ। ਉਹਨਾਂ ਦੱਸਿਆ ਕਿ ਉਸਦੇ ਪਰਿਵਾਰ ਨੇ ਸਲਾਹ ਕੀਤੀ ਸੀ ਕਿ ਵਿਆਹ ਸਾਦੇ ਢੰਗ ਨਾਲ ਕੀਤਾ ਜਾਵੇ, ਇਸ ਲਈ ਗੁਰਦੁਆਰਾ ਸਾਹਿਬ ਵਿਖੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਖਾਸ ਤੌਰ ਤੇ ਮੈਂ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਆ ਕੇ ਅਰਦਾਸ ਵੀ ਕੀਤੀ, ਜਿਹੜੀ ਅਰਦਾਸ ਵਿਆਹ ਤੋਂ ਬਾਅਦ ਹੁੰਦੀ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ, ਬਾਅਦ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ। ਉਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਤੁਹਾਨੂੰ ਸੱਚੀ ਦੱਸਦਾ, ਮੇਰੇ ਕੋਲ ਤੁਹਾਡੇ ਇੱਕ ਪੱਤਰਕਾਰ ਹੀ ਬੈਠੇ ਸੀ, ਪੱਤਰਕਾਰ ਦਾ ਨਹੀਂ ਅਖਬਾਰ ਦੇ ਮਾਲਕ ਨੇ, ਤਾਂ ਉਹਨਾਂ ਨੂੰ ਮੈਂ ਅਰਦਾਸ ਤੋਂ ਬਾਅਦ ਬੈਠਦੇ ਸਾਰੇ ਕਿਹਾ ਕਿ ਯਾਰ ਮੈਨੂੰ ਇੰਨੀ ਖੁਸ਼ੀ ਹੈ ਕਿ ਮੇਰੇ ਗਰੀਬ ਦੇ ਘਰ ਆ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਰਦਾਸ ਕੀਤੀ ਮੇਰੇ ਬੇਟੇ ਲਈ, ਉਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ। ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ, ਤੁਹਾਡਾ ਧੰਨਵਾਦ। ਤੁਸੀਂ ਮੈਨੂੰ ਵਧਾਈ ਦਿੱਤੀ, ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਵਧਾਈ ਦਿੱਤੀ, ਅਸੀਂ ਪੂਰੇ ਪਰਿਵਾਰ ਨੇ ਫੈਸਲਾ ਕਰਕੇ ਬਹੁਤ ਸਾਦੇ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਵਿਆਹ ਹੋਣਾ ਚਾਹੀਦਾ, ਕਿਉਂਕਿ ਆਨੰਦ ਕਾਰਜਾਂ ਨੂੰ ਤਾਂ ਅਹਿਮੀਅਤ ਹੀ ਨਹੀਂ ਦਿੰਦੇ ਹੁਣ, ਹੁਣ ਤਾਂ ਮੈਰਿਜ ਪਹਿਲੇ ਦੇ ਪ੍ਰੋਗਰਾਮ ਨੂੰ ਅਹਿਮੀਅਤ ਹੋ ਗਈ ਹੈ, ਜਿਹੜਾ ਅਸਲੀ ਵਿਆਹ ਹੈ ਉਹ ਆਨੰਦ ਕਾਰਜ ਹੈ। ਅਸੀਂ ਉਸ ਨੂੰ ਅਹਿਮੀਅਤ ਦੇ ਕੇ ਸਾਰੇ ਬਹੁਤ ਸਾਰਿਆਂ ਨੂੰ ਨਹੀਂ ਬੁਲਾ ਸਕਿਆ, ਲੇਕਿਨ ਬਹੁਤ ਸੀਮਤ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ 'ਚ ਬੁਲਾਇਆ। ਉੱਥੀ ਆਨੰਦ ਕਾਰਜ ਹੋਏ ਹੈ, ਉੱਥੀ ਕੁੜੀ ਵਾਲੇ ਆ ਗਏ ਹੈ, ਉਹਨਾਂ ਨੇ ਉੱਥੋਂ ਹੀ ਕੁੜੀ ਤੋਰੀ ਹੈ ਅਤੇ ਅਸੀਂ ਆਪਣੇ ਘਰ ਲੈ ਕੇ ਆਏ ਹਾਂ। ਮੈਂ ਇਸ ਲਈ ਪਰਮਾਤਮਾ ਦਾ ਬਹੁਤ ਸ਼ੁਕਰ ਕਰਦਾ। ਇਸ ਤੋਂ ਇਲਾਵਾ ਉਹਨਾਂ ਮੇਰਾ ਘਰ ਮੇਰੇ ਨਾਮ ਸਕੀਮ ਲਾਂਚ ਕੀਤੀ, ਉਸ ਦੇ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ। ਉਹਨਾਂ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਜੋ ਲੋਕ ਲਾਲ ਲਕੀਰ ਦੇ ਅੰਦਰ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਮਾਲਕੀਅਤ ਦੇ ਹੱਕ ਨਹੀਂ ਹਨ, ਉਹਨਾਂ ਦੇ ਘਰ ਦੀ ਰਜਿਸਟਰੀ ਕਰਵਾ ਕੇ ਦਿੱਤੀ ਜਾਵੇਗੀ, ਉਸਦਾ ਘਰ ਉਸ ਦੇ ਨਾਮ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਡਰੋਨ ਦੇ ਜ਼ਰੀਏ ਨਕਸ਼ਾ ਤਿਆਰ ਕਰਕੇ ਲਾਲ ਲਕੀਰ ਦੇ ਅੰਦਰ ਜਿੱਥੇ ਜੋ ਰਹਿ ਰਿਹਾ ਹੈ ਉਸਦਾ ਘਰ ਉਸਦੇ ਨਾਮ ਕਰ ਦਿੱਤਾ ਜਾਵੇਗਾ ਅਤੇ ਰਜਿਸਟਰੀ ਕਰਵਾਉਣ ਦਾ ਸਾਰਾ ਖਰਚਾ ਹੀ ਸਰਕਾਰ ਕਰੇਗੀ। ਪਿੰਡਾਂ ਅਤੇ ਸ਼ਹਿਰਾਂ ਦੇ ਲਾਲ ਲੈਣ ਦੇ ਜਿਹੜੇ ਅੰਦਰ ਲੋਕ ਰਹਿੰਦੇ ਹੈ,
ਉਹਨਾਂ ਪਾਸ ਮਾਲਕੀ ਤੇ ਹੱਕ ਨਹੀਂ ਹੈ। ਜ਼ਿਆਦਾਤਰ ਲੋਕਾਂ ਨੂੰ ਉਹਨਾਂ ਨੂੰ ਦਿੱਕਤ ਆਉਂਦੀ ਜਿਹਨਾਂ ਪਾਸ ਉਹੀ ਘਰ ਹੈ। ਜੇ ਮੁੰਡੇ ਨੇ ਕਿਤੇ ਕੋਈ ਕੰਮ ਕਰਨਾ ਤਾਂ ਗਿਰਵੀ ਰੱਖਣ ਨੂੰ ਪੁੱਛਿਆ ਨਹੀਂ, ਜਾਂ ਜੇ ਕਦੇ ਵੇਚਣਾ ਹੈ ਤਾਂ ਉਹਦੀ ਰਜਿਸਟਰੀ ਹੈ ਨਹੀਂ। ਮਿਊਂਸੀਪਲ ਕਮੇਟੀ ਵਾਲੇ ਉਹਨੂੰ ਆਪਣੇ ਕਾਂਗੜਿਆਂ 'ਚ ਲਾਉਂਦੇ ਆ, ਉੱਥੇ ਸਿਸਟਮ ਸਹੀ ਨਹੀਂ ਹੈ। ਸੋ ਅਸੀਂ ਇਹ ਫੈਸਲਾ ਅੱਜ ਕੀਤਾ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਅੰਦਰ, ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ, ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ, ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਹਿਲਾਂ ਇਹ ਸਕੀਮ ਤਾਂ ਆਈ ਸੀ ਲੇਕਿਨ ਚੱਲੀ ਨਹੀਂ, ਚਲਾਈ ਨਹੀਂ ਗਈ, ਜਾਂ ਹੁਣ ਅਸੀਂ ਉਹ ਪਿੰਡਾਂ ਤੱਕ ਹੀ ਸੀਮਤ ਸੀ, ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ ਕਿ ਸ਼ਹਿਰਾਂ ਦੇ ਲੋਕਾਂ ਦੇ ਵੀ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਹੈ ਲਾਲ ਲੈਣ ਕਰਕੇ ਉਹਨਾਂ ਦੇ ਘਰ ਨਾਮ ਨਹੀਂ ਹੈ ਜਾਂ ਰਜਿਸਟਰੀਆਂ ਫਿਰ ਉੱਥੇ ਦਾਖਲ ਹੁੰਦੀਆਂ, ਰੈਵਨਿਊ ਡਿਪਾਰਟਮੈਂਟ ਨੂੰ ਕੰਮ ਦਿੱਤਾ ਹੈ। ਰੈਵਨਿਊ ਡਰੋਨ ਦੇ ਨਾਲ ਪੂਰਾ ਸਿਸਟਮ ਤਿਆਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਨਾਮ ਹੋਣਗੇ। ਇਹਦਾ ਸਕੀਮ ਦਾ ਨਾਮ ਅਸੀਂ ਰੱਖਿਆ ਮੇਰਾ ਘਰ ਮੇਰੇ ਨਾਮ। ਜਿਨ੍ਹਾਂ ਦੇ ਘਰ ਹੈ ਉਹਨਾਂ ਦੇ ਪਿੰਡਾਂ ਅਤੇ ਸ਼ਹਿਰਾਂ ਦੇ, ਪਹਿਲਾਂ ਪਿੰਡਾਂ ਤੱਕ ਹੀ ਸੀਮਤ ਸੀ, ਸ਼ਹਿਰਾਂ ਤੱਕ ਵੀ ਅਸੀਂ ਕਰ ਰਹੇ ਹਾਂ। ਸੋ ਅੱਜ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ ਹੈ, ਇੰਨਾ ਹੀ ਤੁਹਾਨੂੰ ਅਸੀਂ ਦੱਸਣਾ ਕਿ ਅਸੀਂ ਇਹ ਸਕੀਮ, ਜੇ ਕੋਈ ਇਲੀਗਲ ਕਲੋਨੀ, ਮੇਰਾ ਘਰ ਮੇਰੇ ਨਾਮ, ਜੇ ਕੋਈ ਇਲੀਗਲ ਕਲੋਨੀ ਆਉਂਦੀ ਉਹ ਵੀ ਰੈਗੂਲਰਾਈਜ਼ ਹੋ ਜਾਏਗੀ? ਨਹੀਂ, ਦੇਖੋ ਫੇਰ ਗੱਲ ਸਮਝ ਲਓ, ਜਿਸ ਤਰ੍ਹਾਂ ਮੇਰਾ ਖਰੜ ਹੈ, ਮੈਂ ਖਰੜ ਦਾ ਰਹਿਣ ਆਉਣਾ ਹੈ। ਪਹਿਲਾਂ ਅਸੀਂ ਪਿੰਡ ਰਹਿੰਦੇ ਸੀ, ਪਿੰਡ ਲਾਲ ਲੈਣ ਦੇ ਅੰਦਰ ਸਾਡਾ ਘਰ ਸੀ, ਗਲੀ ਦੇ ਵਿੱਚ ਉੱਪਰ ਨੂੰ ਜਾ ਕੇ, ਉਹ ਮੇਰੇ ਬਾਪੂ ਦੇ ਨਾਮ ਨਹੀਂ ਹੈ, ਅੱਜ ਵੀ ਨਹੀਂ ਹੈ। ਇਸੇ ਤਰ੍ਹਾਂ ਚਾਹੇ ਕੋਈ ਵੀ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਹੈ, ਉਹਨਾਂ ਦੇ ਨਾਮ ਉਹਨਾਂ ਦੇ ਘਰ ਨਹੀਂ ਹੈ ਕਿਉਂਕਿ ਉਹ ਲਾਲ ਡੋਰੇ ਦੇ ਅੰਦਰ ਹੈ, ਅਸੀਂ ਉਸ ਨੂੰ ਉਹਨਾਂ ਦੇ ਨਾਮ ਕਰ ਰਹੇ। ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਜਿਹੜੀਆਂ ਕਲੋਨੀਆਂ ਬਾਹਰ ਵਸ ਰਹੀਆਂ ਉਹਨਾਂ ਦੀ ਗੱਲ ਨਹੀਂ ਹੈ, ਇਹ ਹੈਗੀ ਹੈ ਜਿਹੜੇ ਪੁਰਾਣੇ ਵਾਸੂ ਘਰ ਹੈ ਪਿੰਡਾਂ ਦੇ ਅੰਦਰ, ਉਹ ਉਹਨਾਂ ਦੇ ਨਾਮ ਨਹੀਂ ਹੈ, ਉਹਨਾਂ ਦੇ ਨਾਮ ਅਸੀਂ ਉਹ ਜ਼ਮੀਨਾਂ ਕਰ ਰਹੇ, ਉਹਨਾਂ ਦੀਆਂ ਕਰਕੇ ਰਜਿਸਟਰੀਆਂ ਤਿਆਰ ਕਰਕੇ ਉਹਨਾਂ ਦੀ ਸਨਦ ਬਣਾ ਕੇ ਉਹਨਾਂ ਨੂੰ ਦੇ ਰਹੇ। ਸਰ ਮਿਸ਼ਨ ਲਾਲ ਲਕੀਰ ਦਾ ਹਿੱਸਾ ਜੀ? ਮਿਸ਼ਨ ਲਾਲ ਲਕੀਰ ਦਾ ਹਿੱਸਾ ਹੈ, ਇਸ ਤਰ੍ਹਾਂ ਹੈ ਕਿ ਮਿਸ਼ਨ ਲਾਲ ਲਕੀਰ ਪਿੰਡਾਂ ਤੱਕ ਸੀਮਤ ਸੀ, ਅਸੀਂ ਅੱਜ ਸ਼ਹਿਰਾਂ ਤੱਕ ਵੀ ਇਹਨੂੰ ਕਰ ਰਹੇ ਹਾਂ। ਉਹ ਸਾਰੀ ਸਕੀਮ ਨੂੰ ਵਿੱਚ ਇਕੱਠੇ ਲੈ ਕੇ ਮੇਰਾ ਘਰ ਮੇਰਾ ਨਾਮ ਦੀ ਸਕੀਮ ਦੇ ਨਾਲ ਸ਼ਹਿਰਾਂ ਅਤੇ ਪਿੰਡਾਂ ਤੱਕ ਦੋਨਾਂ ਤੱਕ ਇਹਨੂੰ ਕਰ ਰਹੇ ਹਾਂ। ਜਿੰਨੇ ਵੀ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, 66% ਆਬਾਦੀ ਪਿੰਡਾਂ ਦੇ ਵਿੱਚ ਰਹਿ ਰਹੀ ਹੈ, 66% ਜੋ ਜ਼ਿਆਦਾ ਜ਼ਿਆਦਾ 6-7% ਲਾਲ ਲੈਣ ਤੇ ਬਾਹਰ ਹੈ, ਬਾਕੀ ਸਾਰੇ ਅੰਦਰ ਹੀ ਰਹਿ ਰਹੇ। ਜਿਹੜੇ ਗਰੀਬ ਲੋਕ ਨੇ ਰਜਿਸਟਰੀ ਨਹੀਂ ਕਰਵਾ ਸਕਦੇ ਤੇ ਉਹਦਾ ਅਸੀਂ ਆਪ ਸਨਦਾਂ ਬਣਾ ਕੇ ਦੇਣੀਆਂ, ਕਰਾ ਕਿਉਂ ਨਹੀਂ ਸਕਦੇ? ਪੈਸੇ ਕੋਈ ਨਹੀਂ ਲੱਗਣੇ, ਸਨਦ ਬਣਾ ਕੇ ਪੈਸਾ ਕੋਈ ਨਹੀਂ ਲੱਗਣਾ ਹੈ, ਫ੍ਰੀ ਰਜਿਸਟਰੀ ਹੋਏਗੀ, ਥੋੜਾ ਕਲੀਅਰ ਕਰ ਦੋ। ਕੋਈ ਪੈਸੇ ਨਹੀਂ ਲੱਗਣੇ ਜੀ, ਐਸੀ ਡਰੋਨ ਦੇ ਨਾਲ ਜਿੱਥੇ ਜਿੱਥੇ ਉਹ ਬੈਠੇ ਉਹਨਾਂ ਦਾ ਨਕਸ਼ਾ ਤਿਆਰ ਕਰ ਦੇਣਾ, ਨਕਸ਼ਾ ਤਿਆਰ ਕਰਕੇ ਉਹਨਾਂ ਦੇ ਸੰਵਿਧਾਨ ਬਣਾ ਕੇ ਉਹਨਾਂ ਦੇ ਨਾਮ ਕਰ ਦੇਣਾ। ਸਰਕਾਰ ਵੱਲੋਂ ਬਣਾਏ ਗਏ ਨਕਸ਼ੇ ਵਿੱਚ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ 15 ਦਿਨ ਦੇ ਅੰਦਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜੇ ਕਿਸੇ ਨੂੰ ਸਾਡਾ ਨਕਸ਼ਾ ਜਿਹੜਾ ਅਸੀਂ ਬਣਾਇਆ ਡਰੋਨ ਦੇ ਨਾਲ, ਜਿਹੜੀ ਅਸੀਂ ਸਨਦ ਦੇ ਰਹੇ, ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹ 15 ਦਿਨਾਂ ਦੇ ਵਿੱਚ, ਪਹਿਲਾਂ ਇਹ 3 ਮਹੀਨੇ ਦੇ ਵਿੱਚ ਸੀ ਕਿ 3 ਮਹੀਨੇ ਚ ਦਰਖਾਸਤ ਦੇ ਸਕਦਾ, ਉਸ ਤੋਂ ਬਾਅਦ ਕਾਰਵਾਈ ਹੋ ਜਾਏ। ਹੁਣ ਅਸੀਂ ਇਹ ਕਿਹਾ ਕਿ ਅਸੀਂ ਇੱਕ ਨਕਸ਼ਾ ਲਾ ਦੇਣਾ ਪਿੰਡ ਦੇ ਵਿੱਚ, ਬਣਾ ਦੇਣਾ, ਜੇ ਕਿਸੇ ਨੂੰ ਸ਼ਿਕਾਇਤ ਹੈ ਤਾਂ 15 ਦਿਨਾਂ ਦੇ ਵਿੱਚ ਉਹ ਸ਼ਿਕਾਇਤ ਦੂਰ ਕਰ ਦੇ, ਆਪਣੇ ਉਹ ਦੇ ਦੇਵੇ ਓਬਜੈਕਸ਼ਨ। 15 ਦਿਨਾਂ ਬਾਅਦ ਓਬਜੈਕਸ਼ਨ ਜੇ ਕੋਈ ਨਹੀਂ ਆਉਂਦਾ ਤਾਂ ਅਸੀਂ ਅਗਲੇ ਦੇ ਨਾਮ ਕਰ ਦੇ। ਦੇਖੋ ਤੁਸੀਂ ਫੇਰ ਕਲੀਅਰ ਗੱਲ ਕਰ ਲੋ, ਲਾਲ ਡੋਰੇ ਦੇ ਅੰਦਰ ਪੰਚਾਇਤੀ ਜ਼ਮੀਨ, ਉਹ ਸਾਰਾ ਕੁਛ ਪੰਚਾਇਤ ਦਾ ਹੀ ਹੈ, ਪੰਚਾਇਤੀ ਜ਼ਮੀਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਲਾਲ ਡੋਰੇ ਦੇ ਬਾਹਰ ਨੰਬਰ ਵਾਲੀਆਂ, ਉਹਨਾਂ ਦਾ ਕੋਈ ਝਗੜਾ ਨਹੀਂ। ਟੋਭਿਆਂ ਪਰ ਜਿਹੜੇ ਆ ਉਹ ਡਰੋਨ ਸਿਸਟਮ ਦੇ ਨਾਲ ਪੰਚਾਇਤ ਦੱਸੇਗੀ ਸਾਡਾ ਟੋਭਾ ਕਿੱਥੇ ਤੱਕ ਹੈ, ਉੱਥੇ ਤੱਕ ਉਹਨੂੰ ਈਅਰਮਾਰਕ ਕਰ ਦੇਣਗੇ। ਹਰ ਤਰ੍ਹਾਂ ਦਾ ਇੰਤਜ਼ਾਮ ਹੈ, ਬਜਟ ਹੈ, ਸਭ ਕੁਛ ਹੈ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਐਨਆਰਆਈਜ਼ ਦੀ ਪ੍ਰਾਪਰਟੀ ਦੀ ਰਖਵਾਲੀ ਲਈ ਸਰਕਾਰ ਜਲਦੀ ਐਕਟ ਲਿਆ ਰਹੀ ਹੈ, ਜਿਸ ਦੇ ਤਹਿਤ ਐਨਆਰਆਈਜ਼ ਦੀ ਪ੍ਰਾਪਰਟੀ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਐਨਆਰਆਈ ਜਿਹੜੇ ਭਰਾ ਹੈ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਅਸੀਂ ਬੜੀ ਛੇਤੀ ਉਹਨਾਂ ਦੀ ਪ੍ਰੋਪਰਟੀਆਂ ਦੀ ਰਖਵਾਲੀ ਵਾਸਤੇ ਇੱਕ ਐਕਟ ਲੈ ਕੇ ਆ ਰਹੇ, ਉਹ ਆਉਣ ਵਾਲੇ ਜਦੋਂ ਵੀ ਸੈਸ਼ਨ ਅਸੀਂ ਹੋਏਗਾ ਤਾਂ ਉਹਦੇ 'ਚ ਆਏਗਾ। ਦੂਸਰਾ, ਐਨਆਰਆਈ ਦੀ ਪ੍ਰੋਪਰਟੀ ਜਿਹੜੀ ਹੈ ਗਰਦੌਰੀ ਦੇ ਵਿੱਚ, ਉਹਦਾ ਨਾਮ ਚੜ੍ਹ ਜਾਏਗਾ ਫਰਦ ਦੇ ਵਿੱਚ,
ਕਿ ਇਹ NRI ਦੀ ਪ੍ਰੋਪਰਟੀ ਆ, ਉਹਨੂੰ ਛੇੜਿਆ ਨਹੀਂ ਜਾ ਸਕੇਗਾ। ਉਹਦੀ ਕੰਸੈਂਟ ਤੋਂ ਬਿਨਾਂ ਉਹਦੀ ਗਰਦੌਰੀ ਚੇਂਜ ਨਹੀਂ ਹੋ ਸਕਦੀ। ਇੱਕ ਅਸੀਂ ਐਕਟ ਵੀ ਇਹਦੇ ਬਾਰੇ ਲੈ ਕੇ ਆ ਰਹੇ। ਦੂਸਰਾ, ਪਿੰਡ ਦੇ ਵਿੱਚ ਜੇ NRI ਦਾ ਘਰ ਹੈ, ਉਹ ਵੀ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇੱਕ ਐਡ ਭੇਜ ਰਹੇ ਹਾਂ ਕਿ ਜੀ ਹੁਣ ਡਰੋਨ ਦੇ ਨਾਲ ਇਹ ਸਿਸਟਮ ਚੱਲਿਆ, ਮੇਰਾ ਘਰ ਮੇਰਾ ਮੇਰੇ ਨਾਮ ਜਿਹੜੀ ਸਕੀਮ ਚੱਲੀ ਇਹਦੇ ਤਹਿਤ ਹੁਣ ਅਸੀਂ ਸਰਟੀਫਿਕੇਟ ਬਣਾਉਣੇ ਹੈ। ਤੁਹਾਨੂੰ ਜੇ ਓਬਜੈਕਸ਼ਨ ਹੈ ਤਾਂ 15 ਦਿਨਾਂ ਦੇ ਵਿੱਚ ਕਰੋ। ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਰਜ਼ੀਆ ਸੁਲਤਾਨਾ ਵੀ ਸ਼ਾਮਿਲ ਹੋਏ। ਕੁਝ ਦਿਨ ਪਹਿਲਾਂ ਰਜ਼ੀਆ ਸੁਲਤਾਨਾ ਨੇ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਰਜ਼ੀਆ ਸੁਲਤਾਨਾ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ। ਉਦੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਵੀ ਕਾਂਗਰਸ ਹਾਈ ਕਮਾਨ ਨੇ ਮਨਜ਼ੂਰ ਨਹੀਂ ਕੀਤਾ। ਕਾਂਗਰਸੀ ਆਗੂ ਦਮਨਵੀਰ ਸਿੰਘ ਫਿਲੌਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਹੁਣ ਸੁਖਬੀਰ ਬਾਦਲ ਨੂੰ ਪਹਿਚਾਣ ਲਿਆ। ਸੁਖਬੀਰ ਸਿੰਘ ਬਾਦਲ ਨੂੰ ਇਸ ਵਾਰ ਦੁਆਬੇ ਵਿੱਚੋਂ ਕਿਸੇ ਗਰੀਬ ਬੰਦੇ ਨੂੰ ਉਮੀਦਵਾਰ ਐਲਾਨਣ ਅਤੇ ਖੁਦ ਉਸ ਨੂੰ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਸਿਰਫ ਲੋਕਾਂ ਨੂੰ ਭਰਮਾਇਆ ਜਾ ਰਿਹਾ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਕਹਿਣਾ ਚਾਹਾਂਗਾ ਕਿ ਦੁਆਬੇ ਦੇ ਵਿੱਚੋਂ ਕਿਸੇ ਗਰੀਬ ਸਿੱਖ ਨੂੰ ਇਸ ਵਾਰੀ CM ਐਲਾਨਣ ਹੈ ਹਿੰਮਤ? ਐਲਾਨ ਦੇਣ CM ਦਮਨਵੀਰ ਸਿੰਘ ਫਿਲੌਰ ਉਹਨਾਂ ਨੂੰ ਵੋਟ ਪਾਏਗਾ। ਸਾਹਿਬ ਕਾਂਛੀ ਰਾਮ ਦੀ ਫੋਟੋ ਲਾ ਕੇ ਉਹਨਾਂ ਦੇ ਨਾਂ 'ਤੇ ਵੋਟਾਂ ਹਥਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਫੋਟੋ ਨਾਲ ਨਹੀਂ, ਸੋਚ ਨਾਲ ਵੋਟਾਂ ਮਿਲਦੀਆਂ। ਉਹਨਾਂ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ। ਅੱਜ ਜੋ ਬਾਦਲ ਸਾਹਿਬ ਕਾਰਪੋਰੇਟ ਸਿਸਟਮ ਨਾਲ ਦੁਆਬੇ ਨੂੰ, ਖਾਸ ਤੌਰ 'ਤੇ ਦੁਆਬਾ ਦੇ ਜਿਹੜੇ ਗਰੀਬ ਵਰਗ ਹੈ, ਉਹਨਾਂ ਨੂੰ ਭਰਮਾ ਕੇ, ਖੋਖਲੇ ਵਾਅਦੇ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਆ, ਵੋਟਾਂ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਮੇਰੇ ਹਿਸਾਬ ਨਾਲ ਕਦੇ ਵੀ ਕਾਮਯਾਬ ਨਹੀਂ ਹੋਣਗੇ। ਜਿਹੜੀ ਗੱਲ ਰੈਲੀ ਦੀ ਹੈ, ਮੈਂ ਨਹੀਂ, ਉੱਥੇ ਪਈਆਂ ਖਾਲੀ ਕੁਰਸੀਆਂ ਗਵਾਹੀ ਦੇ ਰਹੀਆਂ ਕਿ ਉਸ ਦਿਨ ਲੋਕਾਂ ਨੇ ਇਹਨਾਂ ਦੀ ਇਸ ਈਵੈਂਟ ਨੂੰ ਨਕਾਰ ਦਿੱਤਾ। ਲੋਕਾਂ ਨੇ ਸੁਖਬੀਰ ਬਾਦਲ ਨੂੰ ਜਾਣ ਲਿਆ ਅਤੇ ਉਹ ਖਾਲੀ ਪਈਆਂ ਕੁਰਸੀਆਂ ਜਦੋਂ ਸੁਖਬੀਰ ਜੀ ਸਟੇਟਮੈਂਟ ਆਪਣੀ ਦੇ ਰਹੇ ਸੀ, ਆਪਣਾ ਭਾਸ਼ਣ ਦੇ ਰਹੇ ਸੀ, ਉਹ ਗਵਾਹੀ ਭਰ ਰਹੀਆਂ ਕਿ ਦੁਆਬਾ ਇਜ਼ ਨੋਟ ਵਿਦ ਦੈਮ। ਜਲੰਧਰ ਸ਼ਹਿਰ ਦੇ ਕੋਲ ਰੋਡ ਤੇ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ। ਆਸੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਕਬਾੜ ਵਿੱਚੋਂ ਫੈਲ ਕੇ ਝੁੱਗੀਆਂ ਤੱਕ ਪਹੁੰਚ ਗਈ। ਫਿਲਹਾਲ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਤੇ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਪੰਜਾਬ 'ਚ ਬਿਜਲੀ ਸੰਕਟ ਤੋਂ ਤੰਗ ਆਏ ਲੋਕ, ਜਲੰਧਰ ਬੱਸ ਸਟੈਂਡ ਤੇ ਕੀਤਾ ਪ੍ਰਦਰਸ਼ਨ। ਅਧਿਕਾਰੀਆਂ ਨੇ ਕਿਹਾ ਜਲਦ ਹੋਵੇਗਾ ਮਸਲਾ ਹੱਲ। ਮੁੱਖ ਮੰਤਰੀ ਚੰਨੀ ਨੇ ਮੇਰਾ ਘਰ ਮੇਰੇ ਨਾਮ ਸਕੀਮ ਕੀਤੀ ਲਾਂਚ। ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਮਿਲਣਗੇ ਮਾਲਕੀ ਹੱਕ। ਜਲੰਧਰ ਕੋਲ ਰੋਡ ਦੇ ਕੋਲ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਆਈਆਂ ਚਪੇਟ 'ਚ।